ਸੰਗਰੂਰ ਦੇ ਪਿੰਡ ਨਮੋਲ ਦੇ ਕਿਸਾਨ ਚੋਰਾਂ ਤੋਂ ਪਰੇਸ਼ਾਨ ਨੇ ਕਿਉਂਕਿ ਖੇਤ ਵਿੱਚ ਫਸਲ ਪਾਣੀ ਦੀ ਮੰਗ ਕਰ ਰਹੀ ਹੈ ਤੇ ਉਹਨਾਂ ਨੇ ਖਾਦ ਪਾ ਦਿੱਤੀ ਹੈ ਪਰ ਜਦੋਂ ਖੇਤ ਵਿੱਚ ਜਾ ਕੇ ਦੇਖਦੇ ਨੇ ਤਾਂ ਕੋਈ ਟਿਊਬਵਲ ਦੀ ਕੇਬਲ ਚੋਰੀ ਕਰਕੇ ਲੈ ਜਾਂਦਾ ਹੈ ਜਾਂ ਫਿਰ ਸਟਾਰਟਰ ਹੀ ਚੋਰੀ ਕਰਕੇ ਲੈ ਜਾਂਦਾ ਹੈ ਹੁਣ ਬੀਤੀ ਰਾਤ 7 ਦੇ ਆਸ-ਪਾਸ ਉਕਤ ਖੇਤਾਂ ਵਿੱਚੋਂ ਸਿਰਫ ਟਿਊਬਾਂ ਹੀ ਚੋਰੀ ਹੋ ਗਈਆਂ ਨੇ ਅਤੇ ਇਹ ਕਹਾਣੀ ਬੀਤੀ ਰਾਤ ਦੀ ਨਹੀਂ ਸਗੋਂ ਰੋਜ਼ਾਨਾ ਦੀ ਹੈ ਚੋਰਾਂ ਨੇ ਪੂਰੇ ਪਿੰਡ ਦੇ ਕਿਸਾਨਾਂ 'ਚ ਇੰਨਾ ਸਹਿਮ ਪਾਇਆ ਹੋਇਆ ਹੈ ਕਿ ਕੁਝ ਇਕੱਲੇ ਖੇਤ ਜਾਣ ਤੋਂ ਵੀ ਡਰਦੇ ਨੇ ਕੇਬਲ ਤਾਰ ਚੋਰੀ ਹੋਣ ਦਾ ਵੱਡਾ ਕਾਰਨ ਕੇਬਲ ਤਾਰ ਵਿੱਚ ਪਾਏ ਜਾਣ ਵਾਲਾ ਤਾਂਬਾ ਹੈ ਜੋ ਕਿ ਕਾਫੀ ਮਹਿੰਗਾ ਵਿਕਦਾ ਹੈ ਇਹ ਤਾਂਬਾ ਮੋਟਰ ਦੇ ਸਟਾਰਟਰ ਤੇ ਟਰਾਂਸਫਾਰਮਰ ਵਿੱਚ ਵੀ ਪਾਇਆ ਜਾਂਦਾ ਹੈ ਇਸ ਸੰਬੰਧੀ ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਸਵੇਰੇ ਉਹ ਖੇਤ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਟਿਊਬਵਲ ਦੀ 50 ਫੁੱਟ ਕੇਬਲ ਕੋਈ ਚੋਰੀ ਕਰਕੇ ਲੈ ਗਿਆ ਹੈ ਜੋ ਕਿ ਉਹਨਾਂ ਨੇ ਸਟਾਰਟਰ ਤੋਂ ਟਿਊਬਵਲ ਤੱਕ 2 ਫੁੱਟ ਮਿੱਟੀ ਵਿੱਚ ਦਬਾਈ ਹੋਈ ਸੀ ਅੱਜ ਭਰਾ ਅਸੀਂ ਮਤਲਬ ਰੇਪਾਉਣ ਆਉਣਾ ਸੀਗਾ ਖੇਤ ਸਾਡਾ ਸੀਰੀ ਸੀਗਾ ਨਾਲ ਇੱਕ ਵੱਡਾ ਭਾਈ ਸੀਗਾ ਅਸੀਂ ਖੇਤ ਆਏ ਆਂਗੇ ਸਾਡੀ ਤਿੰਨ ਮੋਟਰਾਂ ਨੇਗੀਆਂ ਔਰੇ ਤੇ ਨੇੜੇ ਸੂਆ ਲੱਗਦਾਗਾ ਤਿੰਨੇ ਮੋਟਰਾਂ ਦੀ ਮਤਲਬ ਰਾਤ ਕੋਈ ਕੇਬਲਾਂ ਨੇਗੇ ਜਿਹੜੀਆਂ ਤਾਰ ਮਤਲਬ 60 70 ਫੁੱਟ ਲਗਭਗ ਆਹ ਮੋਟਰ ਦੀ ਤਾਰ ਐ 20 20 ਫੁੱਟ ਲਗਭਗ ਦੋਨੇ ਮੋਟਰਾਂ ਦੀ ਦੂਜੀਆਂ ਦੀ ਤਾਰ ਆ 100 ਸਵਾ 100 ਫੁੱਟ ਦੇ ਕਰੀਬ ਜਿਹੜੀ ਹੈਗੀ ਰਾਤ ਤਾਰ ਮਤਲਬ ਚੋਰ ਚੋਰੀ ਕਰਕੇ ਲੈ ਗਏ ਨੇਗੇ ਤੇ ਅਸੀਂ ਅੱਜ ਹੁਣ ਰੇਪਾਉਣ ਆਏ ਸੀਗੇ ਸਾਨੂੰ ਸੀਗਾ ਵੀ ਹੁਣ ਜਿਵੇਂ ਦੂਜਾ ਕੋਈ ਪਾਣੀ ਲਾ ਰਿਹਾ ਕੋਈ ਤੀਜਾ ਪਾਣੀ ਲਾ ਰਿਹਾ ਕਣਕ ਨੂੰ ਤੇ ਮਤਲਬ ਹੁਣ ਪਾਣੀ ਲਾਉਣਾ ਸੀਗਾ ਇੱਕ ਤਾਂ ਇਹ ਜੇ ਕਰਕੇ ਰੇਪਾਉਣਾ ਆਏ ਸੀਗੇ ਹੁਣ ਇੱਕ ਤਾਂ ਫਸਲ ਆ ਜਿਹੜਾਗਾ ਮਤਲਬ ਪਾਣੀ ਕੰਨੀਓ ਨੁਕਸਾਨ ਹੋ ਰਿਹਾ ਹੈਗਾ ਤੇ ਦੂਜਾ ਜਿਵੇਂ ਹੁਣ ਰੇ ਆਏ ਫੇਰ ਇੱਕ ਬੰਦੇ ਨੂੰ ਵਾਪਸ ਭੇਜਿਆ ਪੀਣ ਵਾਸਤੇ ਵੀ ਪਾਣੀ ਨਹੀਂ ਸੀਗਾ ਸਾਨੂੰ ਤਾਂ ਇਹ ਵੀ ਲਾਈਟ ਚੱਲੀ ਉਹ ਖੇਤ ਜਾ ਕੇ ਆਟੋਮੈਟਿਕ ਲਾ ਲਾਂਗੇ ਮੋਟਰ ਚਲਾ ਲਾਂਗੇ ਪਰ ਜਦੋਂ ਰੇ ਆ ਕੇ ਦੇਖਿਆ ਮਤਲਬ ਤਿੰਨੇ ਮੋਟਰਾਂ ਜਿਹੜੀਆਂ ਨੇ ਹੈਗੀਆਂ ਤਾਰਾਂ ਚੋਰੀ ਹੋ ਚੁੱਕੀਆਂ ਨੇ ਹੈਗੀਆਂ ਇਹ ਤੁਸੀਂ ਭਰਾ ਲਾ ਲਓ ਵੀ ਜਿਵੇਂ ਹੁਣ ਆਹ ਮੋਟਰ ਆ ਇਹਦਾ ਤਾਂ ਮਤਲਬ ਹੁਣ 50 ਫੁੱਟ ਦੇ 50 60 ਫੁੱਟ ਦੇ ਕਰੀਬ ਦੀ ਤਾਰ ਗਈ ਆ ਤਾਂ ਹੈਗੇ 8-10000 ਦੀ ਮਤਲਬ 4-4 5-5000 ਦੀ ਉਹ ਹੈਗੇ ਨੇ 20-22000 ਰੁਪਏ ਦਾ ਨੁਕਸਾਨ ਹੈਗਾ ਟੋਟਲੀ ਤੇ ਇਹ ਇਕੱਲਾ ਤਾਰਾਂ ਦਾ ਦਿਲਸਲਾ ਨਹੀਂ ਹੈਗਾ ਮਤਲਬ ਇਹਦੋਂ ਪਹਿਲਾਂ ਥੋੜਾ ਟਾਈਮ ਪਹਿਲਾਂ 6 ਮਹੀਨੇ ਪਹਿਲਾਂ ਉਹ ਮਤਲਬ ਤਿੰਨੇ ਮੋਟਰਾਂ ਦੇ ਸਟਾਰਟਰਾਂ ਜਿਹੜੇ ਮਤਲਬ ਸਟਾਰਟਰ ਹੈਗੇ ਨੇਗੇ ਉਹ ਚੋਰੀ ਹੋ ਗਏ ਜਿਹੜੇ ਹੁਣ ਮਤਲਬ ਆਟੋਮੈਟਿਕ ਲਾਏ ਹੁੰਦੇ ਨੇਗੇ ਨਾਲ ਜਿਹੜੇ ਹੋਰ ਕੋਈ ਸੁੱਚਾ ਨੇਗੀਆਂ ਮਤਲਬ ਉਹ ਭੰਨ ਗਏ ਉਹ ਪਤਾ ਨਹੀਂ ਕੀ ਉਹਨਾਂ ਦਾ ਸਮਝ ਚ ਨਹੀਂ ਆਇਆ ਸਾਡੇ ਤਾਂ ਪਤਨ ਦੇ ਵਿੱਚੋਂ ਭੰਨ ਕੇ ਕੁਝ ਕੱਢਿਆ ਉਹਦੇ ਤੇ ਉਦੋਂ ਪਹਿਲਾਂ ਮਤਲਬ 2 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਹੁਣ ਤਾਂ ਟਰਾਂਸਫਾਰਮਰ ਸੀ ਲਗਭਗ ਸਾਰੇ ਅਪਗ੍ਰੇਡ ਕਰਾ ਚੁੱਕਿਆਂਗੇ ਨੇ ਸਿਕਿਉਰਟੀਆਂ ਭਰ ਕੇ ਪਿੱਛੇ ਜੇ ਉਦੋਂ ਪਹਿਲਾਂ ਉਰੇ ਮਤਲਬ ਸਾਰੀਆਂ 8-10 ਮੋਟਰਾਂ ਤੇ ਤੁਸੀਂ ਮਤਲਬ ਜਾ ਸਕਦੇ ਹੋ ਲੈ ਵੀਰ ਕਿਸਾਨਾਂ ਤੋਂ ਪੁੱਛ ਸਕਦੇ ਹੋ ਉਦੋਂ ਪਹਿਲਾਂ ਟਰਾਂਸਫਾਰਮ ਚੋਰੀ ਹੋਏ ਨੇਗੇ ਹੁਣ ਪੂਰੇ ਪਿੰਡ ਦੇ ਵਿੱਚ ਹੀ ਆ ਤੁਸੀਂ ਮਤਲਬ ਐ ਲਾ ਲੋ ਆ ਪਹੀ ਦੇ ਉੱਪਰ 8-10 ਮੋਟਰਾਂ ਨੇ ਤੁਸੀਂ 8-10 ਕਿਸਾਨਾਂ ਲੈਵੇ ਜਾਇਆ ਉਹ ਇੰਨਾ ਭੜਾ ਹਾਲ ਆਗਾ ਕਿਉਂਕਿ ਇਕੱਲਾ ਗੈਰਾ ਬੰਦੇ ਦਾ ਖੇਤ ਆਉਣ ਦਾ ਹੈ ਨਹੀਂਗਾ ਹੁਣ ਮਤਲਬ ਜਿਹੜਾ ਆ ਬੰਦੇ ਨੂੰ ਤੁਸੀਂ ਦੇਖ ਲਓ ਵੀ ਆ ਪੱਟਿਆ ਹੋਇਆ ਇਹ ਪੈਪ ਦੱਬਿਆ ਹੈ ਦੀ ਘਟੋਗਾ ਨਾ 2-2 ਫੁੱਟ ਡੂੰਗਾ ਪੈਪ ਦੱਬਿਆ ਹੋਇਆ ਤੀਗਾ ਇਹ 3-4 ਜਾਲ ਨੇ ਝੂਟਾ ਮਾਰ ਕੇ ਪੱਟਿਆ ਹੋਇਆ ਇਹ ਐ ਨਹੀਂ ਹੈਗਾ ਵੀ ਇਕੱਲਾ ਗੈਰਾ ਬੰਦਾ ਪੱਟ ਦਊਗਾ ਜੇ ਹੁਣ ਇਕੱਲਾ ਗੈਰਾ ਬੰਦਾ ਬਈ ਇਹਨਾਂ ਨੂੰ ਫਸ ਗਿਆ ਬੰਦਾ ਦਾ ਮਤਲਬ ਜਾਣ ਨੂੰ ਹੱਥ ਵੀ ਧੋ ਜਾ ਕਰਾਗਾ ਮੈਂ ਹੁਣ ਪਿਛਲੇ ਸਜੇਰੀਆਂ ਵੇਲੇ ਸਾਡਾ ਸੀਰੀ ਤੀਗਾ ਤੇ ਮੈਂ ਤੁਹਾਡੀ ਪਿੰਡ ਜਾ ਕੇ ਗੱਲ ਕਰਵਾ ਦੂੰਗਾ ਉਹ ਸੀਰੀ ਇੱਥੇ ਮਤਲਬ ਕਿਸੇ ਬੰਦੇ ਨੂੰ ਘੇਰ ਕੇ ਇੱਥੇ ਪੈਸੇ ਖੋ ਕੇ ਲੈ ਗਏ ਕੋਈ ਇੱਥੇ ਬੱਕਰੀਆਂ ਚਾਰਨ ਵਾਲਾ ਮਤਲਬ ਬੱਕਰੀਆਂ ਚਾਰ ਦਾ ਫਿਰਦਾ ਸੀ ਉਤੋਂ ਪੈਸੇ ਖੋ ਕੇ ਲੈ ਗਏ ਉਤੋਂ ਸਾਡੇ ਸੀਰੀ ਦਾ ਮਤਲਬ ਐਨਾ ਸਹਿਮ ਗਿਆ ਕਿ ਨਾ ਬਾਈ ਮੈਂ ਇਕੱਲਾ ਜਾਣਾ ਖੇਤ ਨਹੀਂ ਜਾਂਦਾ ਹੈਗਾ ਹੋਰ ਕੀ ਕਹਿੰਦੀ ਹੈ ਇਹਦੇ ਬਾਰੇ ਇਹਦੇ ਬਾਰੇ ਪੁਲਿਸ ਦਾ ਤਾਂ ਹੀ ਕੁਝ ਵੀ ਨਹੀਂ ਪੁਲਿਸ ਤੇ ਸਰਕਾਰ ਦਾ ਤਾਂ ਜੇ ਕੋਈ ਹੱਲ ਹੋਵੇ ਮਤਲਬ ਫੇਰ ਆ ਗੱਲਾਂ ਕਰਨ ਨੂੰ ਹੁਣ ਹੁਣ ਤੁਹਾਨੂੰ ਕੁਝ ਕਰਨਾ ਪਊਗਾ ਹੁਣ ਤਾਂ ਜੀ ਦੇਖੋ ਪਹਿਲਾਂ ਤਾਂ ਇਹੀ ਆ ਸਾਡਾ ਹੁਣ ਜੇ ਤਾਂ ਹੁਣ ਪੁਲਿਸ ਨੂੰ ਇੱਕ ਵਾਰੀ ਅਸੀਂ ਇਤਲਾਹ ਦਿੰਨੇ ਆਂਗੇ ਇੱਕ ਵਾਰੀ ਫੋਨ ਦੇ ਜਿਹੜਾ ਉਹਨਾਂ ਨੂੰ ਇਨਫਾਰਮ ਕਰਤਾ ਵੀ ਇਦਾਂ ਕਰਕੇ ਸਾਡਾ ਜਿਹੜਾ ਚੋਰੀ ਹੋ ਚੁੱਕਿਆ ਹੈਗਾ ਤੇ ਪਿਛਲੀ ਪਹਿਲਾਂ ਵੀ ਲੱਗੇ ਨੇ ਹੁਣ ਆ ਜਦੋਂ ਟਰਾਂਸਫਰ ਨੰਬਰ ਖਾਇਦੇ ਪਹਿਲਾਂ ਤਾਂ ਪੁਲਿਸ ਦੇ ਗੇੜੇ ਥਾਣਿਆਂ ਦੇ ਗੇੜੇ ਫੇਰ ਮਤਲਬ ਬਿਜਲੀ ਵਿਭਾਗ ਦੇ ਗੇੜੇ ਫੇਰ ਕਿਤੇ ਜਾ ਕੇ ਜੀ ਟਰਾਂਸਫਰ ਨੰਬਰ ਖਾਇਆ ਦੀ ਉਹੀ ਹੁਣ ਸਾਰਾ ਕੰਜਰਖਾਨਾ ਇਹਦਾ ਕਰਨਾ ਪਊਗਾ ਪਹਿਲਾਂ ਪੁਲਿਸ ਲਵੇ ਫਿਰ ਮਿਸਤਰੀਆਂ ਲਵੇ ਫਿਰ ਸ਼ਹਿਰ ਆ ਸਾਰਾ ਕੁਝ ਮਤਲਬ ਮੇਰਾ ਸਾਡਾ ਦਾ ਮਤਲਬ ਹੁਣ ਪੰਗਾ ਛਿੜ ਗਿਆ ਜਿਹੜਾ ਫਸਲਾਂ ਨੁਕਸਾਨ ਹੋ ਰਿਹਾ ਹੋ ਵੱਖਰਾ ਹੈ ਜਿਹੜਾ ਹੁਣ ਪਾਣੀ 10 ਦਿਨ ਲੇਟ ਹੋਵੇ 20 ਦਿਨ ਲੇਟ ਹੋਵੇ ਚਲੋ ਪਾਣੀ ਦਾ ਹੱਲ ਹੋ ਵੀ ਜਾਊਗਾ ਹਨਾ ਬਿਲਕੁਲ ਪਾਈ ਜਾ ਸਕਦੀ ਹੈ ਜੀ ਇਹ ਮਤਲਬ ਹੁਣ ਤੁਸੀਂ ਲਾ ਲਓ ਜਿਹੜੀਆਂ ਰੇਲ ਦੀਆਂ ਲੈਣਾਂ ਨੇ ਰੇਲ ਦੀਆਂ ਲੈਣਾਂ ਨਾ ਲੋਕਾਂ ਨੇ ਵੇਚਦੀਆਂ ਚੱਕ ਕੇ ਚੋਰਾਂ ਨੇ ਉਦੇ ਤੇ ਕੀ ਆ ਹੁਣ ਸਰਕਾਰ ਦੇ ਕਾਨੂੰਨ ਬਣੇ ਹੋਏ ਨੇ ਕੋਈ ਵੀ ਕਬਾੜੀ ਨਹੀਂ ਲੈਂਦਾ ਹੈਗਾ ਹੁਣ ਇਹਦੇ ਉੱਤੇ ਕਿਹੜਾ ਸਰਕਾਰ ਬਣਾ ਨਹੀਂ ਸਕਦੀ ਹੈਗੀ ਵੀ ਜਿਹੜੀਆਂ ਮਤਲਬ ਆਪਣੀਆਂ ਤਾਰਾਂ ਨੇ ਵੀ ਇਹ ਜਿਹੜਾ ਵੇਚਦੇ ਨੇ ਆਪਣੇ ਕਬਾੜੀ ਹੀ ਲੈਂਦੇ ਨੇ ਇਸ ਨਾਮ ਦੇ ਕਬਾੜੀ ਲੈਂਦੇ ਹੋਣਗੇ ਹੁਣ ਸ਼ੇਰੋਂ ਜਾਂ ਮੋਲ ਦੇ ਕਬਾੜੀਏ ਨੇ ਜੇ ਹੁਣ ਮਤਲਬ ਜਿਹੜੇ ਜੇ ਸਰਕਾਰ ਇਦਾਂ ਦਾ ਕਾਨੂੰਨ ਬਣਾਵੇ ਵੀ ਉਹ ਕੇਵਲ ਵੇਚ ਨਹੀਂ ਸਕਦਾ ਜਾਂ ਕੇਵਲ ਆਲਾ ਤਾਂਬਾ ਨਹੀਂ ਵੇਚ ਸਕਦਾ ਜਾਂ ਜੇ ਕੋਈ ਵੇਚਣਾ ਉਹ ਨਾਲ ਆਧਾਰ ਕਾਟ ਚਾਹੀਦਾਗਾ ਦੇਖਾਂ ਲੈ ਕਿੱਥੇ ਵਿਕ ਜੂਗਾ ਇਦਾਂ ਸਾਰਾ ਬਈ ਪੁਲਿਸ ਦੀ ਮਿਲੇ ਭੁਤ ਨਾਲ ਹੁੰਦਾ ਸਰਕਾਰਾਂ ਨੂੰ ਸਾਰਾ ਕੁਝ ਪਤਾ ਜੇ ਸਰਕਾਰਾਂ ਮਾੜੀਆਂ ਨੇ ਪੁਲਿਸ ਨਹੀਂ ਮਤਲਬ ਗੌਰ ਕਰਦੀ ਤਾਂ ਮਤਲਬ ਕਿਸਾਨ ਵੀ ਮਰ ਰਿਹਾ ਹੋਰ ਕੀ ਗੱਲਾਂ ਨੇ ਗਈਆਂ ਇਹ ਹਨ ਤਾਂ ਕੀ ਦੁਖੀ ਹੁੰਦਾ ਵੀ ਕੀ ਰੇਪ ਆ ਕੇ ਕਰਾਂਗੇ ਯਾਰ ਮੋਟਰਾਂ ਖੜੀਆਂ ਨੇ ਮਤਲਬ 10-10000 ਰੁਪਏ ਦਾ ਸਾਡਾ ਤਾਂ ਉਹੀ ਆ ਬੰਦਾ ਕੋਈ ਲੋੜੀ ਤੇ ਕੋਈ ਮੂੰਗਫਲੀ ਲਿਉਂਦਾ ਕੋਈ ਗੱਚਕ ਲਿਉਂਦਾ ਸਾਡੀ ਤਾਂ ਮੂੰਗਫਲੀਆਂ ਗੱਚਕ ਇਹਦੇ ਚ ਹੀ ਵੜ ਜਾਣਗੀਆਂ ਹੁਣ ਕੀ ਨਾਮ ਆ ਜੀ ਜਸਪਾਲ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਨਮੋਲ ਆ ਜੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਆਇਆ ਸੀ ਜਦੋਂ ਸਵੇਰੇ ਖਾਦ ਪਾਉਣ ਲਈ ਖੇਤ ਗਏ ਤਾਂ ਅਸੀਂ ਦੇਖਿਆ ਵੀ ਚਲੋ ਮੋਟਰ ਚਲਾ ਲੈਂਦੇ ਆ ਲੇਟ ਸੀ ਪਰ ਜੋ ਦੇਖਿਆ ਮੋਟਰਾਂ ਦੀਆਂ ਦੋਆਂ ਦੀਆਂ ਤਾਰਾਂ ਵੱਡੀਆਂ ਪਈਆਂ ਤੀਆਂ ਤੇ ਟੇਟਾਂ ਸਾਡੀਆਂ ਦੱਬੀਆਂ ਵੀ ਹੋਈਆਂ ਟੇਟਾਂ ਧਰ ਕੇ ਸਭ ਪੱਟ ਕੇ ਲੈ ਗਏ ਯਾਨੀ ਇਹ ਦੋ ਸਾਲ ਪਹਿਲਾਂ ਸਾਡੇ ਸਟਾਰਟਰ ਚੋਰੀ ਹੋਏ ਤੇ ਤੇ ਕੋਠੇ ਦੇ ਅੰਦਰੋਂ ਸਮਾਨ ਚੋਰੀ ਹੋਇਆ ਸੀ ਕਹੀ ਵਗੈਰਾ ਸਾਰਾ ਕੁਝ ਉਹਦੇ ਚੱਕ ਕੇ ਲੈ ਗਏ ਤੇ ਹੁਣ ਕਿਵੇਂ ਦੇਖਦੇ ਖਾਦ ਨੂੰ ਪਾਣੀ ਲਾਉਣਾ ਤੇ ਕਿਸ ਤਰ੍ਹਾਂ ਹੁਣ ਪਾਣੀ ਖਾਦ ਨੂੰ ਪਾਣੀ ਲਾਉਣਾ ਹੁਣ ਸਾਨੂੰ ਪਹਿਲਾਂ ਤਾਂ ਤਾਰਾਂ ਨਵੀਆਂ ਲੈਉਣੇ ਪੈਣੀਆਂ ਘੱਟੋ ਘੱਟ 5000 ਰੁਪਏ ਦਾ ਨੁਕਸਾਨ ਆ ਸਾਡਾ ਠੀਕ ਹੈ ਜੀ ਉਤੇ ਠੀਕ ਹੈ ਕਿਉਂ ਹੁਣ 100 ਰੁਪਏ ਫੁੱਟ ਕੇਬਲ ਮਿਲਦੀ ਐ ਉਤੇ 5000 ਘੱਟੋ ਘੱਟ ਲੱਗੂ ਸਾਡਾ 40 50 ਫੁੱਟ ਕੇਬਲ ਵੱਡੀ ਗਈ ਐ ਪੂਰੇ ਪਿੰਡ ਚ ਕੀ ਇਹੀ ਸਰ ਪਿੰਡ ਚ ਇਹੀ ਹਾਲ ਆ ਜੀ ਕਿਸੇ ਦਾ ਟਰਾਂਸਫਾਰਮ ਚੋਰੀ ਹੋ ਗਿਆ ਕੇ ਦੀ ਕੇਬਲ ਵੱਡੀ ਗਈ ਕੇ ਦਾ ਕੋਈ ਸਮਾਨ ਚੱਕ ਕੇ ਲੈ ਗਿਆ ਇਸ ਤਰ੍ਹਾਂ ਦਾ ਹੋ ਰਿਹਾ ਪੁਲਿਸਲੇ ਵੀ ਕੰਪਲੇਨ ਨਹੀਂ ਪੁਲਿਸ ਜੀ ਕੁਝ ਵੀ ਨਹੀਂ ਕਰ ਰਹੀ ਇਹ ਦੋ ਸਾਲ ਪਹਿਲਾਂ ਸਟਾਰਟਰ ਚੋਰੀ ਹੋਇਆ ਤੇ ਉਦੋਂ ਕੰਪਲੇਨ ਲਖਾਈ ਤੇ ਉਦੋਂ ਕਿਹੜਾ ਕੋਈ ਹੋਇਆ ਟਰਾਂਸਫਾਰਮ ਚੋਰੀ ਹੋਇਆ ਤੀ ਚੋਰ ਫੜੇਗੇ ਨੇ ਹੁਣ ਨਹੀਂ ਕੋਈ ਚੋਰ ਨਹੀਂ ਦੇਖਿਆ ਜੀ ਹਾਲ ਤੱਕ ਹੋੜਿਆ ਕੋਈ ਦਾ ਕੋਈ ਸਮਾਨ ਨਹੀਂ ਵਾਪਸ ਕਰਾਇਆ ਹੁਣ ਖੇਤਾਂ ਦੇ ਕੀ ਹਾਲਾਤ ਨੇ ਕਿਵੇਂ ਹੁਣ ਖੇਤਾਂ ਦੀ ਹੁਣ ਰਾਖੀ ਨਹੀਂ ਕਰ ਸਕਦੇ ਇਕੱਲਾ ਬੰਦਾ ਤਾਂ ਰਾਤ ਨੂੰ ਖੇਤ ਵੀ ਨਹੀਂ ਜਾ ਸਕਦਾ ਉਹ ਤਿੰਨ ਚਾਰ ਹੁੰਦੇ ਨੇ ਉਹਨਾਂ ਕੋਲੇ ਹਥਿਆਰ ਵਗੈਰਾ ਹੁੰਦੇ ਨੇ ਇਕੱਲੇ ਨੂੰ ਤਾਂ ਮਾਰ ਦੇਣਗੇ ਉਹ ਇਕੱਲੇ ਜਾਣ ਤਾਂ ਖੇਤ ਦਾ ਕੋਈ ਸੇਫਟੀ ਨਹੀਂ ਜੀ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਮਾੜਾ ਮੋਟਾ ਇਹ ਸ ਤਾਨੂੰ ਕੀ ਲੱਗਦਾ ਵਿਕਦੀ ਕਿੱਥੇ ਹੈ ਇਹ ਵੇਕਦੇ ਦਾ ਜੀ ਜਾਂ ਕਬਾੜੀਆਂ ਕੋਲ ਹੀ ਵਿਕਦੀ ਆ ਜਾਂ ਉਹਨਾਂ ਤੇ ਸਖਤਾਈ ਹੋਵੇ ਹੁਣ ਜਿੱਥੋਂ ਤਾਂਬਾ ਖਰੀਦਦਾ ਜਿਹੜਾ ਬੰਦਾ ਜੇ ਉਸ ਤੇ ਸਖਤਾਈ ਹੋਵੇ ਤਾਂ ਇਹ ਚੋਰੀ ਬੰਦ ਹੋ ਜੂਗੀ ਕਾਰਨ ਕੀ ਮੰਨ ਲਓ ਕੀ ਕਿਉਂ ਕੌਣ ਚੋਰੀ ਕਰਦਾ ਹੈ ਕਾਰਨ ਦਾ ਜੀ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿ ਚੋਰੀ ਕੌਣ ਕਰਦਾ ਉਹਨਾਂ ਨੇ ਕਬਾੜੀਆਂ ਵਗੈਰਾ ਦੇ ਉਹਨਾਂ ਦੇ ਦੇਖਣ ਲਾਇਸੈਂਸ ਵਗੈਰਾ ਦੇਖਣ ਚੈੱਕ ਕਰਨਾ ਤੇ ਉਹਨਾਂ ਦੇ ਤਾਂਬਾ ਵਗੈਰਾ ਦੇਖਣ ਜਾ ਕੇ ਜਿਹੜਾ ਉੱਥੇ ਵੇਚਦਾ ਹੈ ਨਸ਼ਾ ਵੀ ਕਾਰਨ ਮੰਨ ਲਓ ਨਸ਼ਾ ਸਭ ਤੋਂ ਵੱਡਾ ਕਾਰਨ ਹੈ ਜਿਹੜੇ ਨਸੇ ਵਾਲੀ ਚੋਰੀ ਕਰੂ ਜੀ ਉਹ ਬੰਦਾ ਚੋਰੀ ਨਹੀਂ ਕਰਦਾ ਜੇਦੋਂ ਘਰੋਂ ਨਹੀਂ ਪੈਸਾ ਮਿਲਿਆ ਤਾਂ ਉਹ ਬੰਦਾ ਚੋਰੀ ਕਰੂਗਾ ਤਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੀ ਉਹਨਾਂ ਦੇ ਥੋੜੇ ਨਸ਼ੇ ਕਾਤਰ ਤੁਹਾਡਾ ਨੁਕਸਾਨ ਬਤਾਉਗਾ ਜਿਆਦਾ ਤਾਂ ਜੀ ਅਸੀਂ ਨਸ਼ੇ ਦੀ ਮੰਨਦੇ ਆ ਵੀ ਨੁਕਸਾਨ ਤਾਂ ਨਸ਼ੇ ਦੇ ਕਾਰਨ ਜਿਆਦਾ ਹੋਈਦਾ ਕੋਈ ਜਿਹੜਾ ਨਸ਼ਾ ਕਰੂ ਬੰਦਾ ਉਹੀ ਚੋਰੀ ਕਰੂ ਉਹ ਬੰਦੇ ਨੂੰ ਕੋਈ ਜਿਹੜਾ ਕੰਮ ਕਰਦਾ ਆਪਦਾ ਖੇਤੀ ਧੰਦਾ ਕਰਦਾ ਜਾਂ ਕੋਈ ਵੀ ਦਿਹਾੜੀ ਕਰਦਾ ਉਹ ਬੰਦਾ ਸੇਤੀ ਚੋਰੀ ਨਹੀਂ ਕਰਦਾ ਹੈਗਾ ਉਹਦਾ ਜਿਹੜਾ ਨਸ਼ੇ ਵਾਲਾ ਵਿਹਲੜ ਬੰਦਾ ਉਹ ਚੋਰੀ ਕਰੂ ਕੋਈ ਜਦੋਂ ਨੂੰ ਨਸ਼ੇ ਨੂੰ ਖਾਣ ਨੂੰ ਪੈਸਾ ਨਹੀਂ ਮਿਲਿਆ ਤਾਂ ਉਹ ਖੇਤਾਂ 'ਚ ਉਹ ਤਾਰਾ ਵੱਡੂ ਜਾਂ ਕੋਈ ਚੀਜ਼ ਚੱਕੂ ਵਾਧਨਿਕ ਯੰਤਰ ਲਵਾਇਆ ਤੁਸੀਂ ਕੀਤਾ ਜੀ ਉਦੋਂ ਉਹਦੀ ਮੋਟਰ ਚਲਾਉਣ ਖਾਤਰ ਮੋਬਾਈਲ ਤੇ ਲਗਾਇਆ ਹੋਇਆ ਵੀ ਚਲੋ ਲਾਈਟ ਦਾ ਪਤਾ ਲੱਗ ਜਾਂਦਾ ਤੇ ਆਉਣ ਦਾ ਤੇ ਮੋਟਰ ਚਲਾਉਣ ਖੜਾਉਣ ਦਾ ਸੀ ਘਰੋ ਹੋ ਜਾਂਦਾ ਵੀ ਡਰ ਰਹਿੰਦਾ ਵੀ ਰਾਤ ਨੂੰ ਕਈ ਗੱਲ ਜੇ ਰਾਤ ਨੂੰ ਜਾਣਿਆ ਕੀ ਪਤਾ ਮੂਰੇ ਕਹੇ ਜਾਣੇ ਬੈਠੇ ਹੁਣ ਕਹੇ ਬੰਦੇ ਬੈਠੇ ਹੁਣ ਉਹ ਨਸੇ ਵਾਲੇ ਦਾ ਕੀ ਦੁਬਾਰਾ ਵੀ ਚਾਕੇ ਕੀ ਮਾਰੇ ਬੰਦੇ ਦੇ ਕੱਲਾ ਜਾਣਾ ਖੇਤ ਵੀ ਨਹੀਂ ਜਾ ਸਕਦਾ ਜੀ ਹੁਣ ਤਾਂ ਹੁਣ ਪਾਣੀ ਸਾਨੂੰ ਦੁਬਾਰਾ ਤਾਰਾ ਨਵੀਆਂ ਲੈ ਕੇ ਆਉਣੀਆਂ ਪੈਣੀਆਂ ਦੁਬਾਰੇ ਉਹ ਪਾਉਣੀਆਂ ਪੈਣੀਆਂ ਫੇਰ ਜਾ ਕੇ ਪਾਣੀ ਲੱਗੂਗਾ ਨਾਮ ਹੈ ਜੀ ਮੇਰਾ ਨਾਮ ਹੈਪੀ ਸਿੰਘ ਪਿੰਡ ਨਮੋਲ ਠੀਕ ਹੈ ਜੀ ਅ ਭਾਈ ਜੀ ਕਿਵੇਂ ਦੇਖ ਰਹੇ ਹੋ ਕਿ ਪਿੰਡ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਜੀ ਇਹਨੇ ਕੇਬਲਾਂ ਚੋਰੀ ਹੋਈਆਂ ਕਿ ਕੀ ਹਾਲਾਤ ਨੇ ਪਿੰਡ ਦੇ ਸੋ ਲਗਾਤਾਰ ਜਿਵੇਂ ਆਮ ਹੁਣ ਆਪਣੇ ਖੇਤਾਂ 'ਚ ਆਪਾਂ ਸਾਰੀ ਕਣਕ ਹੈਗੀ ਕਣਕ ਪਾਣੀ ਭਾਲ ਰਹੀ ਆ ਕਣਕ ਦੇ ਵਿੱਚ ਖਾਦ ਪਾਏ ਉਹਨੇ hath ਨੇ ਵੀ ਤੜਕੇ ਲਾਈਟ ਆਉਗੀ ਕਿਉਂਕਿ ਇੱਕ ਤਾਂ ਲਾਈਟ ਬਹੁਤ ਥੋੜੀ ਆ ਰਹੀ ਹੈਗੀ ਲਾਈਟ ਜਿੱਦੇ ਆਉਂਦੀ ਹੈਗੀ ਵੀ ਅੱਜ ਮੋਟਰ ਨੇ ਅੱਜ ਆਪਾਂ ਚਲਾਉਣੀ ਹੈਗੀ ਜਦੋਂ ਖੇਤ ਜਾਂਦੇ ਆਗੇ ਤਾਂਗਾ ਕੇਬਲਾ ਨਹੀਂ ਹੁੰਦੀ ਆ ਮੋਟਰਾਂ ਦੇ ਕੇਵਲਾ ਵੱਢ ਕੇ ਲੈ ਜਾਂਦੇ ਨੇਗੇ ਤੇ ਉਹ ਲਗਾਤਾਰ ਜਿਹੜਾ ਨਸ਼ਾ ਇਹਦਾ ਹੱਥਲ ਵੱਡਾ ਕਾਰਨ ਹੈ ਜਿਹੜਾ ਨਸ਼ਾ ਹੈ ਜਿਹੜੇ ਨੌਜਵਾਨ ਆਗੇ ਉਹ ਨਸ਼ਾ ਕਰਦੇ ਆ ਉਹ ਕਦੋਂ ਘਰੋਂ ਕੋਈ ਪੈਸਾ ਨਹੀਂ ਮਿਲਦਾ ਤਾਂ ਸਾਡਾ ਕਿਹੜਾ ਕੇਵਲਾ ਵੱਢ ਕੇ ਉਹ ਜਗਾਹਾਂ ਜਿਹੜੇ ਕਵਾੜੀ ਆ ਉਹ ਖਰੀਦਦੇ ਆ ਲਗਾਤਾਰ ਜਿਵੇਂ ਜੇ ਆਪਾਂ ਗੱਲ ਕਰ ਲਈਏ ਜੇ ਕਿਸਾਨ ਹੈ ਉਹ ਐਡੀ ਵੱਡੀ ਸਮੱਸਿਆ 'ਚ ਘਿਰਿਆ ਹੋਇਆ ਪਹਿਲੀ ਜਦੋਂ ਜਾ ਕੇ ਸਵੇਰ ਨੂੰ ਦੇਖਦਾ ਉੱਥੇ ਕੇਵਲ ਨਹੀਂ ਹੁੰਦੀ ਹੈਗੀ ਜਿਹੜੀ ਲਗਾਤਾਰ ਕੇਵਲ ਜਦੋਂ ਕੋਈ ਵੱਢ ਕੇ ਲੈ ਗਿਆ ਤਾਂ ਜਦੋਂ ਉਹ ਜਾਂਦਾ ਹੈ ਖੇਤ ਤਾਂ ਪਹਿਲਾਂ ਮਿਸਤਰੀ ਲਿਆਉਣਾ ਪੈਂਦਾਗਾ ਫਿਰ ਓਡੀ ਉਹਨੂੰ ਕੱਢਣ ਦਾ ਖਰਚਾ ਉਹਦਾ ਟੋਟਾ ਪੈਣ ਦਾ ਕਿਉਂਕਿ ਹੁਣ ਪਲਾਸਟਿਕ ਦੀਆਂ ਡਰਾਈਵਰੀਆਂ ਜਦੋਂ ਉਹ ਚ ਕੋਈ ਜੋੜ ਆ ਜੇ ਤਾਂ ਧੁਰ ਦੀ ਧੁਰ ਜਿਹੜੀ ਨਵੀਂ ਕੇਬਲ ਉਹ ਨਵੀਂ ਪਾਉਣੀ ਪੈਂਦੀ ਹੈ ਤਾਂ ਵੱਡਾ ਖਰਚਾ ਜਿਹੜਾ ਕਿਸਾਨ ਦੇ ਸਿਰ ਤੇ ਖੜ ਜਾਂਦਾ ਸਿਰਫ ਐਡੇ ਇੱਕ ਟੋਟੇ ਪਿੱਛੇ ਇਹ ਸਰਕਾਰ ਨੂੰ ਕੋਈ ਇਹ ਤੇ ਬਿਉਂਤਬੰਦੀ ਮਣਾਉਣੀ ਚਾਹੀਦੀ ਹੈ ਲਗਾਤਾਰ ਪ੍ਰਸ਼ਾਸਨ ਨੂੰ ਸਾਡੇ ਕਿਸਾਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਵੀ ਜਿਹੜੀ ਕੋਈ ਵੱਡਾ ਇਹ ਕਾਰਨ ਬਣਿਆ ਹੋਇਆ ਜਿਹੜਾ ਇੱਕ ਦੰਨਸ਼ ਹੈ ਮੇਨ ਤਾਂ ਕਾਰਨ ਹੈ ਜਿਹੜਾ ਇਹਦਾ ਚੋਰੀ ਦਾ ਜਿਹੜ ਤੇ ਫੇਰ ਜਿਵੇਂ ਜੇ ਆਪ ਗੱਲ ਕਰ ਲਈਏ ਜੇ ਇੱਕ ਰੇਲਵੇ ਲੈਣ ਹੈ ਜਾਂ ਰੇਲਵੇ ਵਾਲਿਆਂ ਦਾ ਕੋਈ ਵੀ ਸਮਾਨ ਹੈ ਉਹ ਐਂ ਚਾਹੇ ਨਾਟ ਉਹਨਾਂ ਦਾ ਹੀ ਪਿਆ ਹੈ ਉਹ ਕੋਈ ਚਿੰਤ ਚਾਹੇ ਕੋਈ ਚੱਕ ਕੇ ਲੈ ਜੇ ਉਹਨੂੰ ਕੋਈ ਵੇਚ ਨਹੀਂ ਸਕਦਾ ਹੈਗਾ ਨਾ ਉਹਨੂੰ ਕੋਈ ਚੱਕੇ ਕਿਉਂਕਿ ਨਾ ਉਹਨੂੰ ਕੋਈ ਕਵਾੜੀਆ ਖਰੀਦੇ ਜੇ ਖਰੀਦਦਾ ਤਾਂ ਉਹ ਤੇ ਗੜੱਕ ਦੇ ਨੇ ਕਾਰਵਾਈ ਹੋ ਜਾਂਦੀ ਹੈ ਇਸ ਕਰਕੇ ਕੇਬਲਾ ਦਾ ਐਂ ਕਿਉਂ ਨਹੀਂ ਕਰਦੀ ਸਰਕਾਰ ਕਾਰਵਾਈ ਵੀ ਕੇਬਲ ਦਾ ਕੋਈ ਤਾਂਬਾ ਨਹੀਂ ਖਰੀਦ ਸਕਦਾ ਹੈਗਾ ਕਵਾੜੀਆ ਮੈਨੂੰ ਲੱਗਦਾ ਜਿਵੇਂ ਚਾਇਨਾ ਡੋਰ ਦੀ ਛਾਪੇਮਾਰੀ ਹੋ ਰਹੀ ਹੈਗੀ ਕਵਾੜੀਆਂ ਦੀ ਵੀ ਛਾਪੇਮਾਰੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਕਿ ਜਿਵੇਂ ਚਾਇਨਾ ਡੋਰ ਤੇ ਸਰਕਾਰ ਨੇ ਸਿਕੰਜੇ ਦਾ ਅਸਰ ਰੱਖਿਆ ਵੀ ਭਾਈ ਚਾਇਨਾ ਡੋਰ ਜੀ ਤੋਂ ਮਿਲ ਗਈ ਜਾਂ ਕਿਹੜਾ ਜਵਾਕ ਕੋਈ ਪਤੰਗ ਚਾੜਦਾ ਫੜਿਆ ਗਿਆ ਮੇਨ ਕਾਰਨ ਤਾਂ ਇਹ ਹੈਗਾ ਉਹ ਤੇ ਐਡੀ ਤਾਂ ਨਹੀਂ ਕਰ ਰਹੇ ਇਹ ਪਰ ਕੁਝ ਪਰ ਜੇ ਕਰ ਰਹੇ ਆ ਤਾਂ ਇਧਰ ਤਾਂ ਜ਼ਰੂਰੀ ਬਣਦਾ ਕਥਾਨਾਂ ਦੇ ਤਾਂ ਕਿਉਂਕਿ ਕਥਾਨਾਂ ਤਾਂ ਪਹਿਲੀ ਬਹੁਤ ਦੁਖੀ ਨੇਗੇ ਕਥਾਨਾਂ ਤਾਂ ਪਹਿਲੀ ਬਹੁਤ ਵੱਡੀਆਂ ਮੁਸੀਬਤਾਂ ਖੜੀਆਂ ਨੀ ਗਈਆਂ ਹੁਣ ਪ੍ਰਸ਼ਾਸਨ ਨਾਲ ਕੋਈ ਕੰਪਲੇਨ ਕੀਤੀ ਹੈ ਉੱਥੇ ਵੀ ਹੁਣ ਤੱਕ ਪਿੰਡ ਵੱਲੋਂ ਪੁਲਿਸ ਪ੍ਰ ਤੇ ਉਹ ਇੱਕ ਮੌਜੂਦਾ ਮੈਂਬਰ ਹੈ ਸੁਖਵੀਰ ਸਿੰਘ ਉਹਦੀ ਮੋਟਰ ਹੈਗੀ ਕੱਸੀ ਦੇ ਉੱਪਰ ਉਹ ਲਗਾਤਾਰ ਮੈਨੂੰ ਐਂ ਲੱਗਦਾ ਵੀ ਇੱਕ ਮਹੀਨੇ ਦੇ ਵਿੱਚ ਦੋ ਗਿਲ ਉਹਦੀ ਕੇਬਲ ਲੈ ਜਾਂਦੀ ਹੈ ਪੁਲਿਸ ਨੂੰ ਲਗਾਤਾਰ ਦੱਸ ਕੇ ਆ ਰਹਾਂਗੇ ਪਿੰਡ ਦਾ ਇਕੱਠ ਕਰਕੇ ਵੀ ਕੇਰਾਂ ਗਏ ਵੀ ਭਾਈ ਇਹ ਐਂ ਕਰਕੇ ਸਾਡੇ ਕਿਸਾਨ ਆ ਜਿਹੜੇ ਬਹੁਤ ਦੁਖੀ ਆ ਤੇ ਹੋਰ ਤਾਂ ਹੋਰ ਕੇਬਲਾ ਜਿਹੜੇ ਮੂਰੇ ਟੋਟੇ ਹੁੰਦੇ ਪਲਾਸਕਟ ਦੇ ਉਹ ਵੱਢ ਕੇ ਲੈ ਜਾਂਦੇ ਨੇ ਮੋਟਰ ਦਾ ਪਾਈਪ ਹੁੰਦਾ ਜਿਹੜਾ ਇਸ ਕਰਕੇ ਵੱਡੀ ਸਮੱਸਿਆ ਆ ਰਹੀ ਹੈਗੀ ਤੇ ਇਸ ਕਰਕੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਧਿਆਨ ਚ ਲਿਆਉਣਿਆ ਵੀ ਇਹ ਤੇ ਸਕੰਜਾ ਕਸੋ ਜਿਹੜੇ ਨੌਜਵਾਨ ਆ ਇਕੱਠੇ ਹੋ ਕੇ ਜਿਹੜੇ ਨਸ਼ੇ ਦੀ ਕੋਈ ਪਹੁੰਚ ਆ ਗਏ ਉਹਨੂੰ ਛੇਤੀ ਛੇਤੀ ਹੱਲ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਚੋਰੀ ਐ ਇਹਨੂੰ ਇਹ ਤੇ ਠੱਲ ਪਵੇ ਤਾਂ ਕਿਸਾਨ ਆ ਜਿਹੜੇ ਪਹਿਲਾਂ ਹੀ ਬਹੁਤ ਦੁਖੀ ਨੇ ਕਿ ਕਿਸਾਨਾਂ ਤੇ ਹੋਰ ਐਡੀ ਵੱਡੀ ਮੁਸੀਬਤ ਐ ਜਿਹੜੀ ਨਾ ਖੜੀ ਹੋਵੇ ਕੀ ਨਾਮ ਆ ਜੀ ਮੇਰਾ ਨਾਮ ਭੋਲਾ ਸਿੰਘ ਆ ਜੀ ਕਿਹੜਾ ਪਿੰਡ ਆ ਇੰਦਰ ਮੋਲ ਹੈ ਜੀ ਥੋੜੀ ਕਿੰਨੀ ਵਾਰ ਹੈ ਜਿਹੜੀ ਕੇਬਲ ਦੀ ਚੋਰੀ ਹੋ ਚੁੱਕੀ ਹੈ ਇਹ ਕੇਬਲ ਸਾਡੀ 2 ਗਿਲ ਲੈ ਗਈ ਜੀ ਆ 2 ਗਿਲ ਪਾਣੀ ਲਾਇਆ 2 ਗਿਲ ਫੇਰ ਲੈ ਗਈ ਪਹਿਲਾਂ ਪਾਣੀ ਲਾਇਆ ਉਦੋਂ ਲਾ ਲਈ ਹੁਣ ਪਾਣੀ ਲਾਉਣਗੇ ਹੁਣ ਨਾ ਕੇਬਲ ਹੁਣ ਫੇਰ ਪਾਈ ਹੈ ਜੀ ਕੀ ਹੱਲ ਹੁੰਦਾ ਫਿਰ ਜਦੋਂ ਜਾਣਿਓ ਕੇਬਲ ਕਰਕੇ ਇਸ ਤਰ੍ਹਾਂ ਪਾਣੀ ਪਾਉਣੀ ਪੈਂਦੀ ਹੈ ਹੱਲ ਕੀ ਹੁੰਦਾ ਜੀ ਮੋਟਰ ਕੱਢਣੀ ਪੈਂਦੀ ਹੈ ਤੇ ਤਾਰ ਲਿਆ ਕੇ ਨਵੀਂ ਪਾਉਣੀ ਪੈਂਦੀ ਹੈ ਉਸ ਵੇਲੇ ਵੀ ਕੌਣ ਕਰਦਾ ਚੋਰੀ ਹੁਣ ਸਕਦਾ ਸਾਨੂੰ ਇਹੀ ਹੈ ਜਿਹੜਾ ਮੰਡੀਰ ਫਿਰਦੇ ਜੇ ਰਾਤਾਂ ਨੂੰ ਤੁਰੀ ਇਹਨਾਂ ਸ਼ਬ ਪੱਤਰ ਕਰਦੇ ਨੇ ਬਸ ਉਹ ਕੱਢ ਕੇ ਟੋਟਾ 100 200 ਦਾ ਵੇਚ ਲੈਂਦੇ ਨੇ ਨਸ਼ਾ ਪੱਤਰ ਲਿਆਉਂਦੇ ਨੇ ਸਾਡਾ ਤੁਸੀਂ 5-4000 ਰੁਪਏ ਦਾ ਨੁਕਸਾਨ ਹੋ ਜਾਂਦਾ ਜੀ ਇਹਨਾਂ ਦਾ 100 200 ਬਣਦਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਕੁਝ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਜੀ ਕੁਝ ਨਹੀਂ ਕਰ ਰਿਹਾ ਹਜੇ ਤੱਕ ਜੋ ਕਰੂਗਾ ਦੇਖਾਂਗੇ